ਉਹ ਗੁੱਡ ਨਿਊਜ਼ ਤੁਹਾਡੇ ਵਾਸਤੇ ਪ੍ਰੋਫਿਟੇਬਲ ਹੈ, ਤੁਹਾਡੇ ਵਾਸਤੇ ਫਾਇਦੇ ਦੀ ਹੈ, ਤੁਹਾਡੇ ਵਾਸਤੇ ਪੈਸੇ ਲਕਸ਼ਮੀ ਕਮਾਉਣ ਦੀ ਹੈ। ਹੈ ਸ਼ਾਬਾਸ਼ ਹੈ, ਤੂੰ ਤਾਂ ਮਾਸਟਰ ਬਣ ਗਿਆ ਓਏ, ਮਾਸਟਰ ਬਣ ਗਿਆ ਓਏ, ਹੈਂ ਵਾਹ ਓਏ। ਵੈਲਕਮ ਦੋਸਤੋ, ਅੱਜ ਦੇ ਵਲਾਗ ਦਾ ਆਗਾਜ਼ ਕਰਨ ਦੇ ਪਏ ਹਾਂ ਅਤੇ ਅੱਜ ਵੱਧ ਇੱਕ ਗੁੱਡ ਨਿਊਜ਼ ਹੈ ਅਤੇ ਇੱਕ ਬੈਡ ਨਿਊਜ਼। ਤੁਸੀਂ ਆਖ ਸੋ ਡਾਕਟਰ ਸਾਹਿਬ, ਰੋਜ਼ ਦੀ ਗੁੱਡ ਨਿਊਜ਼, ਬੈਡ ਨਿਊਜ਼, ਗੁੱਡ ਨਿਊਜ਼, ਬੈਡ ਨਿਊਜ਼। ਤਾਂ ਜੀ ਹਾਂ ਦੋਸਤੋ, ਇਹ ਦੁਨੀਆ ਹੈ, ਇੱਥਾਂ ਜੰਮਦੇ ਵੀ ਹਨ, ਇੱਥਾਂ ਮਰਦੇ ਵੀ ਹਨ। ਜੇ ਤੁਸੀਂ ਕੈਨਾਤ 'ਤੇ ਰਾਵਣਾ ਹੈ, ਕੈਨਾਤ ਕੈਮ ਰਾਵਣਾ ਹੈ, ਇੱਥਾਂ ਜਮਸੇ ਨਹੀਂ ਸਹੀ ਤਾਂ ਮਰਸੇ ਨਹੀਂ ਸਹੀ। ਜਿਲੇ ਜਮਸਨ ਤਾਂ ਵੱਧ ਤੁਸੀਂ ਗੁੱਡ ਨਿਊਜ਼, ਜਿਲੇ ਮਰਸਨ ਵੱਧ ਤੁਸੀਂ ਬੈਡ ਨਿਊਜ਼। ਤੁਹਾਡੀ ਨਹੀਂ ਆਉਂਦੀ ਪਈ ਬੇਟਾ, ਤੁਹਾਡੀ ਨਹੀਂ ਆਉਂਦੀ ਪਈ, ਵੱਧ ਤੁਸੀਂ ਬੈਡ ਨਿਊਜ਼ ਅਤੇ ਵੱਧ ਇੱਥਾਂ ਖਸਾਰੇ ਅਤੇ ਨੁਕਸਾਨਾਂ ਤਾਂ ਹੁੰਦੇ, ਸ਼ਾਦੀਆਂ ਅਤੇ ਖੁਸ਼ੀਆਂ ਵੀ ਹੁੰਦੀਆਂ। ਜਿਲੇ ਸ਼ਾਦੀਆਂ ਅਤੇ ਖੁਸ਼ੀਆਂ ਹੋ ਸਨ ਤਾਂ ਵੱਧ ਤੁਸੀਂ ਗੁੱਡ ਨਿਊਜ਼, ਅਤੇ ਜਿਲੇ ਹੋ ਸਨ ਨੁਕਸਾਨਾਂ ਤਾਂ ਵੱਧ ਤੁਸੀਂ ਬੈਡ ਨਿਊਜ਼। ਇਹ ਜ਼ਿੰਦਗੀ ਦਾ ਹਿੱਸਾ ਹੈ, ਖੁਸ਼ੀਆਂ ਅਤੇ ਗਮੀਆਂ। ਆਦਨ ਨਾ ਕਿ ਜਹਾਂ ਬਜਤੀ ਹੈ ਸ਼ਹਿਨਾਈ, ਵਹਾਂ ਮਾਤਮ ਵੀ ਹੋਤੇ ਹੈ। ਤਾਂ ਦੋਸਤੋ, ਅੱਜ ਦੇ ਵਿਲਾਗ ਦਾ ਆਗਾਜ਼ ਇਸ ਖੁਸ਼ਖਬਰੀ ਦੇ ਨਾਲ ਕਰਨੇ ਪਏ ਹਾਂ ਕਿ ਅਲਹਮਦੁਲਿਲਾ, ਜਿਵੇਂ ਮੈਂ ਤੁਹਾਨੂੰ ਪ੍ਰੈਡਿਕਸ਼ਨ ਕੀਤੀ ਹੈ ਅਤੇ ਮੌਸਮੀਆਤ ਵਾਲਾ ਨੇ ਦੱਸਿਆ ਹੈ ਕਿ ਮੌਸਮ ਨਾ ਐਚ ਡੀ ਥਿਵਣ ਵਾਲਾ ਹੈ, ਗਰਮੀਆਂ ਬਾਏ ਬਾਏ ਅਤੇ ਵੈਲਕਮ ਹੋ ਗਈਆਂ ਸਰਦੀਆਂ। ਅਲਹਮਦੁਲਿਲਾ, ਮੈਂ 26 ਸਤਾਵੀ ਦਾ ਖਾਈ ਅਤੇ ਅੱਜ ਸਤਾਵੀ ਦੀ ਮਾਰ ਲੇਂਗੇ। ਕੱਲ੍ਹ ਸ਼ਾਮ ਮਿਲੇ ਇਸਲਾਮਾਬਾਦ ਦੇ ਵਿੱਚ ਸ਼ਦੀਦ ਝੱਕੜ ਤੂਫਾਨ ਵੀ ਆਇਆ ਔਰ ਸ਼ਦੀਦ ਤਰੀਨ ਬਾਰਿਸ਼ ਆਈ ਹੈ, ਜਿਹਦੇ ਵਿੱਚ ਕੁਝ ਦਰਖਤਾਂ ਦਾ ਨੁਕਸਾਨ ਇੱਥੇ ਹੈ, ਕੁਝ ਬਿਲਡਿੰਗ ਪ੍ਰੋਪਰਟੀ ਦਾ ਨੁਕਸਾਨ ਵੀ ਇੱਥੇ। ਅਲਮ ਆਫ ਕ੍ਰੇਸੀ, ਜਿੱਥਾਂ ਫਾਇਦਾ ਹੁੰਦਾ ਤਾਂ ਥੋੜ੍ਹਾ ਬਹੁਤ ਨੁਕਸਾਨ ਵੀ ਹੁੰਦਾ। ਤਾਂ ਦੋਸਤੋ, ਅੱਜ ਸਾਡੇ ਕੋਲ ਨਾ ਮੌਸਮ ਜ਼ਬਰਦਸਤ ਹੋ ਚੁੱਕਾ ਹੈ। ਜ਼ਬਰਦਸਤ ਕਿਵੇਂ ਹੈ ਤਾਂ ਹੁਣੇ ਦੇਖਿਆ ਨਾ ਕਿ ਕਿਵੇਂ ਜ਼ਬਰਦਸਤੀ ਹੈ, ਔਰ ਜਿਹੜੀ ਸਾਡੀ ਪਿਛੀਨ ਗੋਈ ਹੈ ਨਾ ਅੱਲਾ ਪਾਕ ਨੇ ਪੂਰੀ ਕਰ ਦਿੱਤੀ ਹੈ। ਸਭ ਤੋਂ ਪਹਿਲੇ ਮੈਂ ਤੁਹਾਨੂੰ ਦੇਖਿਆ ਨਾ ਆਸਮਾਨ ਦਾ ਮੰਜ਼ਰ, ਕਿ ਅੱਜ ਆਸਮਾਨ ਦਾ ਮੰਜ਼ਰ ਕਿਹਾ ਹੈ। ਚੌਹਾਂ ਪਾਸੋਂ ਬੱਦਲ ਠੀਕ ਹੈ ਅਸਮਾਨ ਦੇ ਉੱਤੇ, ਸੂਰਜ ਸਾਹਿਬ ਗਾਇਬ ਹੋ ਗਏ, ਹਿੱਦਤ ਅਤੇ ਸ਼ਿੱਦਤ ਗਰਮੀ ਦੀ ਖਤਮ ਹੈ। ਇਹ ਗੌਰ ਦੇ ਨਾਲ ਦੇਖ ਸੋ, ਦਰਖਤ ਝੂਲਦੇ ਖੜਨ, ਇਹ ਸੁੱਖ ਚੈਨ ਦਾ ਪੌਦਾ, ਇਨਤੇ ਸਫੈਦੇ ਦੇ ਦਰਖਤ ਖੜਨ, ਇਹ ਸਾਹਮਣੇ ਇੱਕ ਅਜੀਬੋ ਗਰੀਬ ਜਿਹਾ ਫੁੱਲ ਹੈ, ਇਹਦਾ ਨਾਮ ਮੈਂ ਕੋਈ ਦੋਸਤੋ ਨਹੀਂ ਵਿਆਹਦਾ, ਗਲਬਨ ਅੱਗੇ ਵੀ ਇੱਕ ਵਿਲਾਗ ਦੇ ਵਿੱਚ ਤੁਹਾਨੂੰ ਮੈਂ ਦਿਖਾ ਚੁੱਕਾ। ਇਹਦਾ ਫੁੱਲ ਬੜਾ ਜ਼ਬਰਦਸਤ ਹੈ ਔਰ ਦੋ ਕਲਰ 'ਚ, ਇਹ ਦੇਖੋ, ਸ਼ਾਇਦ ਤੁਹਾਨੂੰ ਕੋਈ ਨਾਂ ਆਉਂਦਾ ਹੋਵੇ, ਮੈਂ ਕੋਈ ਨਾਂ ਨਹੀਂ ਆਉਂਦਾ। ਅੱਛਾ, ਇਹਦਾ ਵਾ ਡੋਡਾ ਬੜਾ ਪਿਆਰਾ ਵੇ, ਮਾਸ਼ਾਅੱਲਾ, ਸੁਭਾਨ ਤੇਰੀ ਕੁਦਰਤ ਮੇਰੇ ਮਾਲਿਕ, ਫਬਿਆ ਯਾਲਾ ਰੱਬੇ ਕੋ ਮਾ ਤੂੰ ਕਜ਼ੇਬਾਨ, ਤੁਮ ਆਪਣੇ ਰੱਬ ਕੀ ਕੌਣ ਕੌਣ ਸੀ ਨਿਮਤੂ ਕੋ ਛੁਟਲਾਓਗੇ। ਤਾਂ ਇਹ ਸਫੈਦੇ ਦਰਖਤ ਹਨ ਅਤੇ ਸਫੈਦੇ ਦਰਖਤ ਵੀ ਝੁੱਲਦੇ ਖੜਨ। ਤਾਂ ਜਿਹੜੀ ਗਰਮੀ ਦੀ ਹਿੱਦਤ ਅਤੇ ਸ਼ਿੱਦਤ ਹੈ ਨਾ ਦੋਸਤੋ, ਉਹ ਬਾਇਬੇ ਹੋ ਗਈ ਹੈ ਅਤੇ ਹੁਣ ਮਾਸ਼ਾਅੱਲਾ ਸਕੂਨ ਦਾ ਸਾਹ ਗਿੰਦੇ ਪਏ, ਅਤੇ ਹਾਂ ਵੀ ਠੱਡਾ ਹੈ, ਜਿਸਮ ਵੀ ਠੱਡਾ ਹੈ, ਪੰਗਾ ਵੀ ਖਤਮ ਥੀ ਗਿਆ। ਅਤੇ ਅੱਜ ਦੀ ਜਿਹੜੀ ਗੁੱਡ ਨਿਊਜ਼ ਹੈ, ਗੁੱਡ ਨਿਊਜ਼ ਤੁਹਾਨੂੰ ਮੈਂ ਇਹ ਸੁਣਾ ਦਿੱਤੀ ਹੈ। ਅੱਛਾ, ਇਸ ਤੋਂ ਇਲਾਵਾ ਇੱਕ ਹੋਰ ਗੁੱਡ ਨਿਊਜ਼ ਵੀ ਹੈ, ਲੇਕਿਨ ਉਹਦੇ ਵਾਸਤੇ ਤੁਹਾਨੂੰ ਥੋੜ੍ਹਾ ਜਿਹਾ ਵੇਟ ਕਰਨਾ ਪਊ ਸੀ, ਔਰ ਉਹ ਗੁੱਡ ਨਿਊਜ਼ ਤੁਹਾਡੇ ਵਾਸਤੇ ਪ੍ਰੋਫਿਟੇਬਲ ਹੈ, ਤੁਹਾਡੇ ਵਾਸਤੇ ਫਾਇਦੇ ਦੀ ਹੈ, ਤੁਹਾਡੇ ਵਾਸਤੇ ਪੈਸੇ ਲਕਸ਼ਮੀ ਕਮਾਉਣ ਦੀ ਹੈ। ਤਾਂ ਉਹਦਾ ਇੰਤਜ਼ਾਰ ਕਰੋ, ਇਵੇਂ ਥੋੜ੍ਹੀ ਜਿਹੀ ਦੇਰ ਇੰਤਜ਼ਾਰ ਕਰੇ ਸੋ, ਅਤੇ ਵੱਧ ਜਨਾਬ ਤੁਹਾਨੂੰ ਮੈਂ ਦੱਸਦਾ ਪਿਆਂ ਕਿ ਅਸਾਂ ਕਿਆ ਕਰਨ ਵਾਲੇ, ਕਿਹੜਾ ਪ੍ਰੋਜੈਕਟ ਕਰਨੇ ਪਏ ਜਿਹੜਾ ਤੁਹਾਡੇ ਵਾਸਤੇ ਫਾਇਦਾਮੰਦ ਹੈ। ਜਾਂਦੀ ਪਈ ਮੇਰੇ ਸ਼ਹਿਰ ਦੇ ਵਿੱਚ ਨਾ ਧੂੰਆਂ ਆਉਂਦਾ ਪਈ ਹੈ, ਇਹ ਦੇਖੋ ਨਾ ਸਾਹਮਣੇ ਧੂੰਆਂ ਔਰ ਇਹ ਬਾਜ਼ਾਰ ਹੈ ਇੱਥਾਂ, ਅੱਲਾ ਰਹਿਮ ਕਰੇ, ਖੈਰ ਦਾ ਧੂੰਆਂ ਹੋਵੇ ਸ਼ਾਲਾ। ਓਏ ਹਾਂ ਜੀ, ਇਹ ਧੂੰਆਂ ਕਿਹੜੀ ਸ਼ਾਇਦ ਹੈ, ਇਹ ਕੋਈ ਬਾਹ ਲੱਗੀ ਪਈ ਹੈ ਬਾਜ਼ਾਰ ਵਿੱਚ, ਇਹ ਸਾਹਮਣੇ ਧੂੰ ਹੈ ਸਾਰਾ, ਦੇਖੋ ਨਾ ਸਾਰਾ ਇਹ ਤਾਂ ਮੁਕੰਮਲ ਬਾਜ਼ਾਰ ਹੀ ਵੇ ਤੋੜ ਤੱਕ, ਤੁਹਾਨੂੰ ਅੱਗੇ ਦਿਖੇ ਨਾ ਵੀਰਾਨਾ ਮੈਂ, ਅਤੇ ਦੇਖੋ ਨਾ ਸਾਰਾ ਧੂੰ ਹੈ। ਤਾਰੇ ਧੂੰ ਕਿਸ ਦਾ ਹੈ,
ਮਾਸ਼ਾਅੱਲਾ ਸਾਥਾਂ ਦੀਵਾਰ ਸ਼ਵਾਰ ਤੇ ਗੇਟ ਫਿਟ ਨਵਾਂ ਲੈਂਦੇ ਪਏ ਹਾਂ ਤੇ ਗੇਟ ਸਾਡਾ ਆ ਗਿਆ ਨਾ ਇੱਦਾਂ ਗੇਟ ਇੰਤੇ ਦੀਵਾਰ ਗੇਟ ਦਾ ਡਿਜ਼ਾਇਨ ਕਿਵੇਂ ਰੱਖਾ ਜੀ ਇਹ ਵਿੱਚ ਰੱਖਾਈਆਂ ਨੇ ਅੱਛਾ ਇਹ ਥੋੜ੍ਹੇ ਵਧੀਆ ਹੁੰਦੀਆਂ ਤਾਂ ਖੂਬਸੂਰਤ ਨਾ ਲੱਗਿਆ ਦਾ ਹਾਂ ਜੀ ਇਹ ਜਿਹੜੇ ਇਹ ਲਈਆਂ ਵੇ ਠੀਕ ਹੈ ਅਤੇ ਕਲਰ ਕਿਉਂ ਬਲੈਕ ਕਰਾ ਦਿੱਤੇ ਜੀ ਇਹਦੇ ਉੱਤੇ ਬੈ ਇਹਨਾਂ 'ਤੇ ਨਿਸ਼ਾਨ ਲੈ ਸਕਦੇ ਕਿਸ ਵਾਸਤੇ ਆਪਣਾ ਕਮਰੇ ਦੀ ਅੱਛਾ ਬੈਠਕ ਦਾ ਬਾਹਰ ਬਾਹਰ ਲੈ ਸੇ ਚਲੋ ਠੀਕ ਨਵੇਂ ਚਵੀ ਨੇ ਤਾਂ ਮੈਂ ਕੁੜੇ ਸੇ ਨਵੇਂ ਚਵੀ ਜੇ ਤਾਂ ਮੈਂ ਕੁੜੇ ਸੇ ਵਦਮਾ ਹੈ ਅੱਛਾ ਸਾਰੇ ਕੋਲ ਮਹਿਫਿਲ ਹੈ ਉਸਨੇ ਕਿਰਤੀਆਂ ਦੀ ਪਈ ਹੈ ਔਰ ਇਹਦੇ ਵੀ ਜਿਹੜਾ ਨਾ ਆਉਂਦੇ ਪੈਣ ਬਾਹਰ ਦੇ ਮਿਸਰ ਦੇ ਕਾਰੀ ਅਸਾਂ ਇਹ ਸੁਣਨਾ ਹੋਵੇ ਨਾ ਉਹ ਮਹਿਫਿਲ ਉਸਨੇ ਕਿਰਤ ਤਾਂ ਤੁਸਾਂ ਸਾਰੇ ਕੋਲ ਤਸ਼ਰੀਫ ਕੇ ਨਾ ਸੋ ਇਲਾਕਾ ਬੱਖਰ ਜਿਹੜਾ ਨਾ ਹਾਂ ਇੰਤਹਾਈ ਪੂਰਾ ਮਨਜ਼ਿਲਾ ਹੈ ਨਾ ਕੋਈ ਕਤਲੋ ਗਾਰਤ ਹੈ ਨਾ ਕੋਈ ਝੇੜੇ ਝਗੜੇ ਹਨ ਨਾ ਕੋਈ ਰੋਲੇ ਫਸਾਦ ਦੰਗੇ ਹਨ ਪੂਰਾ ਮਨ ਲੋਕ ਹਨ ਲੇਕਿਨ ਦੋਸਤੋ ਕੁਝ ਅਰਸਾ ਥੀਏ ਕਿ ਸਾਡੇ ਬੱਖਰ ਦੇ ਵਿੱਚ ਨਾ ਅਮਨ ਖਰਾਬ ਥੀਂਦਾ ਪਈ ਹੈ ਅੱਛਾ ਲੋਕਾਂ 'ਚ ਅਦਮ ਬਰਦਾਸ਼ਤ ਦਾ ਰਵੱਈਆ ਜ਼ਿਆਦਾ ਹੈ ਗੁੱਸਾਵਰ ਲੋਕ ਥੀ ਗਏ ਜਾਂ ਤਾਂ ਮਾਲੀ ਪਰੇਸ਼ਾਨੀਆਂ ਮਹਿੰਗਾਈ ਬਹੁਤ ਜ਼ਿਆਦਾ ਹੈ ਜਾਂ ਕੋਈ ਹੋਰ ਰੀਜ਼ਨ ਨੇ ਜਾਂ ਲੋਕਾਂ ਦੇ ਰਵੱਈਏ ਤਬਦੀਲ ਥੀ ਗਏ ਤਾਂ ਸਮਝ ਨਹੀਂ ਆਉਂਦੀ ਪਈ ਅੱਛਾ ਹੁਣ ਕੱਲ੍ਹ ਨਾ ਤੁੱਲੇ ਵਾਲੇ ਦੇ ਇਲਾਕੇ ਦੇ ਵਿੱਚ ਥਲ ਦਾ ਇਲਾਕਾ ਹੈ ਤਾਂ ਉੱਥਾਂ ਨਾ ਇੱਕ ਫਰਦ ਨੇ ਗੁਰਬਤ ਤੋਂ ਤੰਗ ਆ ਕੇ ਨਾ ਆਪਣੇ ਆਪ ਨੂੰ ਫੰਦਾ ਲਾ ਕੇ ਨਾ ਆਪਣੀ ਜ਼ਿੰਦਗੀ ਖਤਮ ਕਰ ਦਿੱਤੀ ਯਾਰ ਇੰਤਹਾਈ ਗਲਤ ਕੰਮ ਹੈ ਅਗਰ ਜਿਤਨੀਆਂ ਵੀ ਤੁਹਾਨੂੰ ਤਕਲੀਫਾਂ ਅਤੇ ਪਰੇਸ਼ਾਨੀਆਂ ਆ ਗਈਆਂ ਨਾ ਉਹਦਾ ਇੱਕ ਹੱਲ ਅੱਲਾ ਨੇ ਰੱਖਿਆ ਕੋਈ ਐਸਾ ਮਸਲਾ ਕੋਈ ਐਸੀ ਬਿਮਾਰੀ ਕੋਈ ਐਸਾ ਦੁੱਖ ਅੱਲਾ ਨੇ ਪੈਦਾ ਕੀਤਾ ਹੀ ਨਹੀਂ ਜਾਂ ਇਹਦਾ ਅੱਲਾ ਨੇ ਇਲਾਜ ਨਾ ਰੱਖਾ ਹੋਵੇ ਤਾਂ ਦੋਸਤੋ ਹਰ ਸ਼ੈ ਦਾ ਇਲਾਜ ਹੈ ਹਰ ਸ਼ੈ ਦਾ ਇੱਕ ਹੱਲ ਹੈ ਲੇਕਿਨ ਉਹਦੇ ਵਾਸਤੇ ਗੁਫਤਗੂ ਕਰਨੀ ਲਾਜ਼ਮੀ ਹੈ ਉਹਦੇ ਵਾਸਤੇ ਸੁਲਝਾਉਣ ਦੇ ਤਰੀਕੇ ਸਮਝਦਾਰ ਲੋਕਾਂ ਦੇ ਨਾਲ ਮਸ਼ਵਰੇ ਕਰਨਾ ਲਾਜ਼ਮੀ ਹੈ ਅਗਰ ਉਹ ਭਾਈ ਕਿਸੇ ਨਾਲ ਮਸ਼ਵਰਾ ਕਰ ਗਿੰਦਾ ਕਿਸੇ ਕੋਲ ਹੈਲਪ ਗਿੰਦਾ ਤਾਂ ਮਾਸ਼ਾਅੱਲਾ ਉਹ ਭਾਈ ਜਿਹੜਾ ਨਾ ਅੱਜ ਜ਼ਿੰਦਾ ਹੋਵਿਆ ਸਾਡੇ ਸਾਹਮਣੇ ਹੋਵਿਆ ਲੇਕਿਨ ਉਸ ਕੋਲ ਆਸਾਨ ਤਰੀਨ ਤਰੀਕਾ ਇਹੋ ਲੱਗਾ ਕਿ ਮੈਂ ਆਪਣੇ ਆਪ ਨੂੰ ਖਤਮ ਕਰ ਦੇਵਾਂ ਖਿਆਲ ਹੈ ਇਹ ਜਿਹੜਾ ਉਹਦਾ ਡਿਸੀਜਨ ਹੈ ਨਾ ਇਸਲਾਮੀ ਸ਼ਾਇਰ ਦੇ ਖਿਲਾਫ ਹੈ ਇਸਲਾਮੀ ਕਾਨੂੰਨ ਦੇ ਖਿਲਾਫ ਹੈ ਔਰ ਇਹ ਜਿਹੜਾ ਉਹਦਾ ਫੈਸਲਾ ਇਹ ਮੁਆਸ਼ਰੇ ਦੇ ਵਿੱਚ ਮਜ਼ੀਦ ਵਿਗਾੜ ਦਾ ਬੈਸਮਣ ਸੀ ਕਿਉਂਕਿ ਖਰਬੂਜ਼ੇ ਕੋ ਦੇਕਰ ਖਰਬੂਜ਼ਾ ਰੰਗ ਪਕੜਤਾ ਹੈ ਤਾਂ ਦੋਸਤੋ ਕੋਸ਼ਿਸ਼ ਕੀਜੀਏ ਆਪਣੇ ਆਪ ਕੋ ਮਹਿਫੂਜ਼ ਰੱਖੀਏ ਜਾਂ ਐਸੇ ਤਮਾਮ ਮਾਮਲਾਤ ਜਿਸ ਮੇਂ ਆਪ ਮਾਯੂਸ ਹੋ ਚੁੱਕੇ ਹੋ ਤੋ ਫਿਰ ਆਪਕੇ ਪਾਸ ਕਾਫੀ ਸਾਰੇ ਹੱਲ ਹੋਤੇ ਹੈ ਆਪ ਉਨ ਹੱਲ ਕੀ ਤਰਫ ਜਾਈਏ ਨਾ ਕਿ ਆਪ ਮੌਤ ਕੀ ਤਰਫ ਜਾਈਏ ਅੱਛਾ ਦੋਸਤੋ ਸਾਡੇ ਦੋਸਤ ਹਨ ਲੁੜਕਾ ਫੈਮਿਲੀ ਨਾਲ ਬਿਲੋਂਗ ਕਰਨ ਤਾਂ ਉਹਨਾਂ ਦੇ ਘਰ ਇੱਕ ਫੌਤਗੀ ਥੀ ਗਈ ਹੈ ਡੈਥ ਹੀ ਗਈ ਹੈ ਉਹਨਾਂ ਦੀ ਕੁਲਖਾਨੀ ਹੈ ਅਤੇ ਮੈਂ ਵਹਿੰਦਾ ਪਈਆਂ ਕੁਲਖਾਨੀ ਦੇ ਵਿੱਚ ਕਿਉਂਕਿ ਅੱਜ ਅਗਰ ਕਹਿ ਦੇ ਦੁੱਖ ਵਿੱਚ ਅਗਰ ਸ਼ਰੀਕ ਥੀ ਸੋ ਨਾ ਤਾਂ ਅੱਲਾ ਕਹਿ ਦੋ ਅਤੇ ਦੁੱਖ ਨਾ ਆਣੇ ਤਾਂ ਸਾਰੀ ਵੀ ਪਰੇਸ਼ਾਨੀ ਦੇ ਵਿੱਚ ਉਹ ਸ਼ਰੀਕ ਥੀ ਸਨ
ਤਾਂ ਇਹ ਸਾਰਾ ਦਿਹਾਤੀ ਕਲਚਰ, ਦਿਹਾਤੀ ਮਾਹੌਲ, ਪਾਕਿਸਤਾਨੀ ਪੰਜਾਬੀ ਕਲਚਰ। ਪਹਿਲਾਂ ਗੁਲਖਾਨੇ ਮੁਕਤਾ ਕੀਤੀ ਸੀ ਅਤੇ ਵਾਪਸ ਵਹਿੰਦੇ ਪਏ ਆਪਣੇ ਘਰ ਵਾਲੇ ਪਾਸੇ, ਅਤੇ ਅੱਜ ਬੱਦਲ ਵੀ ਥੈ ਖੜੇ ਦੁਆ ਕਰੇ, ਕਿਉਂਕਿ ਮੌਸਮ ਬੜਾ ਸੁਹਾਵਣਾ ਥੀ ਚੁੱਕਾ ਹੈ ਅਤੇ ਠੰਡ ਹੈ, ਅਤੇ ਮੈਂ ਕਿ ਚਲੋ ਦੋਸਤਾਂ ਤੋਂ ਨਾ ਇੰਜੋਏ ਕਰਾਵਾਂ ਅੱਜ ਦਾ ਆਪਣੇ ਇਲਾਕੇ ਦਾ ਮਾਹੌਲ, ਸਾਡੇ ਇਲਾਕੇ ਦਾ ਮਾਹੌਲ ਕਿਵੇਂ। ਦੋਸਤੋ ਮੈਂ ਥੋੜ੍ਹਾ ਜਿਹਾ ਬਿਜ਼ੀ ਇੱਥੇ ਕਿ ਆਵੀਂ, ਅਤੇ ਹੁਣ ਵੱਧ ਮੈਂ ਆਪਣੀ ਗੁਫ਼ਤਗੂ ਵਾਲੇ ਪਾਸੇ ਵੱਲ ਆਇਆ। ਅਸਾਂ ਇੱਕ ਨਾ ਪ੍ਰੋਜੈਕਟ ਸ਼ੁਰੂ ਕਰਿਆ ਦਿੱਤਾ ਹੈ, ਮੇਰੇ ਯੂਟਿਊਬ ਦੇ ਉੱਤੇ 3 ਆਈਡੀਆਂ ਹਨ, ਇੱਕ ਆਰ ਐੱਫ ਟਾਈਮਸ ਬੀਕੇ, ਇੱਕ ਡਾਕਟਰ ਆਰ ਐੱਫ ਨਵਾਜ਼, ਔਰ ਇੱਕ ਮੇਰੀ ਆਈਡੀ ਹੈ fun0 ਆਪਣੀ ਮਸਰੂਫੀਅਤ ਦੀ ਵਜ੍ਹਾ ਤੋਂ ਨਾ ਮੈਂ ਉਹਦੇ 'ਤੇ ਵਰਕ ਨਾ ਵੀ ਕਰ ਸਕਦਾ ਪਿਆ, ਅਤੇ ਹੁਣ ਮੈਂ ਡਿਸਾਈਡ ਕੀਤਾ ਕਿ ਅਸਾਂ ਉਹਦੇ 'ਤੇ ਵਰਕ ਕਰੇ ਸੋ ਨਵੇਂ ਸਿਰੇ ਤੋਂ। ਸਾਰੀ ਜਿਹੜੀ ਪਲੈਨਿੰਗ ਹੈ, ਪਲੈਨਿੰਗ ਸਾਰੀ ਇਹ ਹੈ ਕਿ ਅਸਾਂ ਤੁਸਾਂ ਦੋਸਤਾਂ ਕੋਲ ਡੇਲੀ ਦੇ ਵਿਲਾਗ ਦੇ ਵਿੱਚ ਕੁਐਸਚਨ ਦੇਸੋ, ਔਰ ਉਹਨਾਂ ਕੁਐਸਚਨਾਂ ਦਾ ਤੁਸਾਂ ਜਵਾਬ ਲਿਆਉਣਾ ਹੈ, ਔਰ ਜਵਾਬ ਤੋਂ ਬਾਅਦ ਅਸਾਂ ਤੁਹਾਨੂੰ ਗਿਫਟ ਹੈਂਪਰ ਦੇਸੋ, ਤੁਹਾਡੇ ਐਡਰੈਸ 'ਤੇ ਭੇਜੇਸੋ, ਤੁਹਾਨੂੰ ਇਨਾਮਾਤ ਦੇਸੋ, ਇਨਾਮਾਤ ਦੀ ਬਾਰਿਸ਼ ਕਰੇ ਸੋ। ਅਤੇ ਉਹਦਾ ਤਰੀਕਾਕਾਰ ਇਹ ਸਿਰਫ ਇੱਕ ਸ਼ਰਤ ਹੈ ਕਿ ਤੁਸਾਂ ਬਣ ਕੇ ਸਾਰੇ ਚੈਨਲਾਂ ਕੋਲ ਸਬਸਕ੍ਰਾਈਬ ਕਰਨਾ, ਉਹਨਾਂ ਕੋਲ ਸ਼ੇਅਰ ਕਰਨਾ, ਔਰ ਉਹਨਾਂ ਕੋਲ ਲਾਈਕ ਕਰਨਾ, ਕਮੈਂਟ ਕਰੇ ਸੋ ਤਾਂ ਠੀਕ ਹੈ, ਨਾ ਕਰੇ ਸੋ ਨੋ ਟੈਨਸ਼ਨ। ਤਾਂ ਵੱਧ ਉਸਦਾ ਸਕਰੀਨ ਸ਼ਾਟ ਖਿੰਚ ਸੋ, ਸਕਰੀਨ ਸ਼ਾਟ ਖਿੰਚ ਕੇ ਤਾਂ ਇਹ ਮੇਰਾ ਨੰਬਰ ਸ਼ੋਅ ਥੀਂਦਾ ਪਈ ਹੈ, ਇਸ ਨੰਬਰ ਦੇ ਉੱਤੇ ਤੁਸੀਂ ਸਾਕੂ ਵਟਸਐਪ ਕਰੇ ਸੋ ਸਕਰੀਨ ਸ਼ਾਟ। ਉਸ ਤੋਂ ਬਾਅਦ ਸਾਰੀ ਹੋ ਸੀ ਕੁਰਨਦਾਜ਼ੀ, ਔਰ ਉਸ ਕੁਰਨਦਾਜ਼ੀ ਦੇ ਵਿੱਚ ਜਿਹੜੇ ਖੁਸ਼ਕਿਸਮਤ ਵਿਰਾਹ ਦਾ ਨੰਬਰ ਨਿਕਲ ਸੀ, ਤਾਂ ਅਸਾਂ ਇਨਸ਼ਾਅੱਲਾ ਕੋਲ ਬਿਹਤਰੀਨ ਗਿਫਟ ਹੈਂਪਰ ਉਹਦੇ ਐਡਰੈਸ 'ਤੇ ਭੇਜੇ ਸੋ, ਔਰ ਜਿਹੜਾ ਸਾਕੂ ਵਟਸਐਪ ਕਰਨਾ ਹੈ ਨਾ ਇਸ ਨੰਬਰ 'ਤੇ, ਉਹਦੇ ਵਿੱਚ ਆਪਣਾ ਮੁਕੰਮਲ ਡਾਕਖਾਨੇ ਦਾ ਜਿਹੜਾ ਐਡਰੈਸ ਹੈ, ਔਰ ਮੁਕੰਮਲ ਆਪਣਾ ਐਡਰੈਸ ਹੈ, ਆਪਣਾ ਨਾਂ ਅਤੇ ਪਤਾ, ਉਹ ਸਾਕੂ ਜ਼ਰੂਰ ਸੈਂਡ ਕਰੇ ਸੋ, ਕਿਉਂਕਿ ਅਗਰ ਤੁਹਾਡਾ ਇਨਾਮ ਨਿਕਲ ਆਇਆ ਤਾਂ ਅਸਾਂ ਇਨਾਮ ਤੁਹਾਡੇ ਐਡਰੈਸ 'ਤੇ ਭੇਜਣਾ ਹੈ, ਤਾਂ ਕਿ ਤੁਹਾਡਾ ਇਨਾਮ ਰਹਿ ਨਾ ਸਕੇ। ਅਤੇ ਇਸ ਸਾਰੇ ਪ੍ਰੋਜੈਕਟ ਦੀ ਜਿਹੜੀ ਪਹਿਲੀ ਵੀਡੀਓ ਹੈ ਨਾ, ਮੇਰੇ ਇਸ ਚੈਨਲ ਯਾਨੀ fun0 ਜਿਹੜਾ ਕਿ ਸਕਰੀਨ 'ਤੇ ਤੁਹਾਡੇ ਸਾਹਮਣੇ ਲਿਖਾ ਵੀ ਆਉਂਦਾ ਪਈ ਹੈ, ਤੁਸੀਂ ਯੂਟਿਊਬ 'ਤੇ ਵੰਜ ਕੇ ਕੁਛ ਸਰਚ ਕਰੇ ਸੋ, ਸਰਚ ਕਰਕੇ ਪਹਿਲਾਂ ਕੰਮ ਕਰਨਾ ਹੈ, ਤੁਸੀਂ ਕੁਛ ਸਬਸਕ੍ਰਾਈਬ ਕਰੇ ਸੋ, ਚਾਹ ਸਬਸਕ੍ਰਾਈਬ ਕਰਕੇ ਅਤੇ ਤੁਸੀਂ ਘੰਟੇ ਦੇ ਲੱਗੇ ਬਟਨ ਕੋ ਪ੍ਰੈਸ ਕਰੇ ਸੋ, ਅਤੇ ਉਹਦੇ ਵਿੱਚ ਇੱਕ ਲਿਸਟ ਖੁੱਲ੍ਹਾ ਸੀ, ਉਹ ਤਾਂ ਪਹਿਲੇ ਨੰਬਰ 'ਤੇ ਲਿਖਿਆ ਖੜੇ ਆਲ ALL, ਉਸ ਕੋ ਕਲਿੱਕ ਕਰੇ ਸੋ, ਤਾਂ ਸਾਰੇ ਚੈਨਲ ਦੀ ਹਰ ਵੀਡੀਓ ਤੁਹਾਡੇ ਕੋਲ ਆਵੇ ਸੀ। ਅਤੇ ਅਗਰ ਤੁਸੀਂ ਵੀਡੀਓ ਦੇਦੇ ਪਿਆ ਹੋ ਸਾਰੇ ਚੈਨਲ RF Times BK 'ਤੇ, ਤਾਂ ਉਹ ਕੁਐਸਚਨ ਸੇਮ ਅਸਾਂ ਇਸ ਚੈਨਲ 'ਤੇ ਵੀ ਪੋਸਟ ਕਰੇ ਸੋ, ਲੇਕਿਨ ਨਿਵਾਰ ਨੂੰ ਲੇਟ ਆ ਸਨ, ਅਤੇ ਇਹ ਕੋ ਵੀ ਕੁਰਨਦਾਜ਼ੀ ਦੇ ਵਿੱਚ ਸ਼ਾਮਿਲ ਕੀਤਾ ਹੋਇਆ ਸੀ, ਅਤੇ ਇਸ ਦੀ ਸ਼ਰਾਇਤ ਵੀ ਉਹ ਹਨ ਜਿਹੜੀਆਂ ਉਹਨੀਆਂ, ਇਹ ਚੈਨਲ ਕੋ ਸਬਸਕ੍ਰਾਈਬ ਕਰਨਾ ਹੈ, ਇਹ ਕੋ ਸ਼ੇਅਰ ਕਰਨਾ ਹੈ, ਔਰ ਇਸ ਕੋ ਲਾਈਕ ਕਰਨਾ ਹੈ, ਸਕਰੀਨ ਸ਼ਾਟ ਬਣਾਉਣਾ ਹੈ, ਔਰ ਸਕਰੀਨ ਸ਼ਾਟ ਜਿਹੜਾ ਹੈ ਦਿੱਤੇ ਹੋ ਇਸ ਨੰਬਰ ਦੇ ਉੱਤੇ ਸਾਕੋ ਵਟਸਐਪ ਕਰੇ ਸੋ, ਨਾਂ ਅਤੇ ਨਾਲ ਹੀ ਆਪਣਾ ਮੁਕੰਮਲ ਐਡਰੈਸ, ਬਲਦੀਅਤ ਅਤੇ ਆਪਣਾ ਨਾਂ ਉਹ ਲਿਖ ਸੋ। ਅਗਰ ਤੁਹਾਡਾ ਨੰਬਰ ਕੁਰਨਦਾਜ਼ੀ 'ਚ ਨਿਕਲ ਆਇਆ ਤਾਂ ਅਸਾਂ ਤੁਹਾਨੂੰ ਗਿਫਟ ਹੈਂਪਰ ਭੇਜੇ ਸੋ, ਬਿਹਤਰੀਨ ਜਿਹਾ ਤੋਹਫ਼ਾ ਭੇਜੇ ਸੋ ਆਪਣੇ ਤਰਫੋਂ। ਇਜਾਜ਼ਤ ਦੇ ਸੋ ਦੋਸਤੋ, ਵੱਧ ਮਿਲ ਸੋ ਨਵੀਂ ਵੀਡੀਓ ਦੇ ਨਾਲ, ਅੱਲਾ ਹਾਫਿਜ਼।